ਇੱਦਾਂ ਹੀ ਮਾੜੇ ਮੋਟੇ ਨੇ ਜੇ ਮੇਰੇ ਵੀਰ ਇੱਦਾਂ ਦਿਹਾੜੀ ਦੱਪਾ ਕਰਕੇ ਅਤੇ ਘਰ ਦਾ ਗੁਜ਼ਾਰਾ ਸਾਰਦੇ ਨੇ, ਜਦੋਂ ਡੈਡੀ ਸਾਨੂੰ ਮੰਗਣ ਦੀ ਨਹੀਂ ਲੋੜ ਅਤੇ ਹੁਣ ਸਾਨੂੰ ਮੰਗਣਾ ਪੈ ਰਿਹਾ। ਫਰਿਆਦ ਲੈ ਗਏ ਤੇ ਗਏ ਲੇਕਿਨ ਕੋਈ ਕਰਦਾ ਨਹੀਂ, ਆਈ ਵੀ ਰਹਿ ਗਈ ਮਜਬੂਰੀ ਕਾਰਨ। ਗ੍ਰੇਟ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਅਤੇ ਬਾਰਡਰ ਹਲਕੇ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ। ਤਰਨ ਤਾਰਨ ਜ਼ਿਲ੍ਹੇ ਦੇ ਹਲਕਾ ਖੇਮਕਰਨ ਦੇ ਪਿੰਡ ਚੁੰਗ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ। ਤਾਂ ਅੱਜ ਵੀ ਲੋਕ ਕੱਚਿਆਂ ਘਰਾਂ ਦੇ ਵਿੱਚ ਰਹਿਣ ਦੇ ਲਈ ਜਿਹੜੇ ਨੇ ਉਹ ਮਜਬੂਰ ਨੇ। ਤਾਂ ਕਿਤੇ ਨਾ ਕਿਤੇ 2022 ਤੱਕ ਬੇਸ਼ੱਕ ਭਾਰਤ ਸਰਕਾਰ ਦੇ ਵੱਲੋਂ ਇਹਨਾਂ ਸਾਰੇ ਗਰੀਬ ਘਰਾਂ ਦੀਆਂ ਛੱਤਾਂ ਪੱਕੀਆਂ ਹੋਣੀਆਂ ਸਨ, ਪਰ ਇੱਥੇ ਤਸਵੀਰ ਜਿਹੜੀ ਹੈ ਕੁਝ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿੱਥੇ ਅੱਜ ਵੀ ਉਹਨਾਂ ਤੱਕ ਸਰਕਾਰਾਂ ਤਾਂ ਬਦਲ ਗਈਆਂ ਨੇ ਪਰ ਉਹਨਾਂ ਤੱਕ ਕੋਈ ਸਰਕਾਰੀ ਸਹੂਲਤ ਜਿਹੜੀ ਹੈ ਕੋਠਿਆਂ ਨੂੰ ਲੈ ਕੇ ਨਹੀਂ ਪਹੁੰਚੀ। ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਪਹਿਲਾਂ ਉਹ ਕੱਚੀਆਂ ਕੰਧਾਂ ਵੀ ਦਿਖਾਈਆਂ ਜਾਣ। ਚਾਰ ਦੀਵਾਰੀ ਤੁਸੀਂ ਵੇਖ ਸਕਦੇ ਹੋ ਜਿਸ ਪਰਿਵਾਰ ਦੇ ਵਿੱਚ ਅਸੀਂ ਇਸ ਵੇਲੇ ਖੜ੍ਹੇ ਹਾਂ ਕਿ ਪਿਤਾ ਦਾ ਸਾਇਆ ਸਿਰ 'ਤੇ ਨਹੀਂ ਹੈ, ਮਾਂ ਧੀ ਅਤੇ ਉਹਨਾਂ ਦੇ ਨਾਲ ਇੱਕ ਬ੍ਰਦਰ ਹੈ। ਘਰ ਦੇ ਗੁਜ਼ਾਰੇ ਕਿਵੇਂ ਹੁੰਦੇ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਇੱਕ ਹੀ ਕੋਠਾ ਅਤੇ ਇੱਕ ਚੌਂਕਾ ਅਤੇ ਬਾਥਰੂਮ ਦੀਆਂ ਕੰਧਾਂ ਤੁਸੀਂ ਵੇਖ ਸਕਦੇ, ਬਾਥਰੂਮ ਦੇ ਉੱਪਰ ਵੀ ਜਿਹੜੀਆਂ ਛੱਤਾਂ ਨਹੀਂ ਹਨ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ। ਅਤੇ ਆਓ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਇੱਕ ਕੋਠਾ ਹੈ ਜਿਸ ਦੇ ਵਿੱਚ ਅੱਜ ਵੀ ਇਸ ਹਲਕੇ ਦੇ ਲੋਕ ਰਹਿਣ ਦੇ ਲਈ ਮਜਬੂਰ ਨੇ ਅਤੇ ਕਿਸੇ ਪ੍ਰਕਾਰ ਦੀ ਸਰਕਾਰੀ ਸਹੂਲਤ ਇਹਨਾਂ ਪਰਿਵਾਰਾਂ ਤੱਕ ਨਹੀਂ ਪਹੁੰਚੀ। ਆਓ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰੇ ਹਾਂ। ਤਾਂ ਉਹ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਧੀ ਦੇ ਹੱਥ ਦੇ ਵਿੱਚ ਪਿਤਾ ਦੀ ਤਸਵੀਰ ਹੈ ਜੋ ਇਸ ਦੁਨੀਆ ਦੇ ਵਿੱਚ ਨਹੀਂ ਹੈ। ਜੀ ਹਾਂ, ਕਹਿੰਦੇ ਨੇ ਜੇ ਸਿਰ 'ਤੇ ਬਾਪ ਦਾ ਸਾਇਆ ਹੋਵੇ ਤਾਂ ਮੰਗਣ ਦੀ ਜ਼ਰੂਰਤ ਵੀ ਨਹੀਂ ਪੈਂਦੀ, ਪਰ ਇਸ ਪਰਿਵਾਰ ਨੂੰ ਮੰਗਣ ਦੀ ਜ਼ਰੂਰਤ ਇਸ ਲਈ ਪੈ ਗਈ NRI ਭਰਾਵਾਂ ਤੋਂ, ਦਾਨੀ ਸੱਜਣਾ ਤੋਂ, ਕਿਉਂਕਿ ਇਸ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ। ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਬਾਲੇ ਵਾਲੀਆਂ ਛੱਤਾਂ ਵਿਖਾ ਦਿੱਤੀਆਂ ਜਾਣ ਜਿਹੜੀਆਂ ਕਿ ਥੋੜ੍ਹੀ ਬਾਰਿਸ਼ ਆਉਣ 'ਤੇ ਚੁੰਦੀਆਂ ਅਤੇ ਇੱਕੋ ਕੋਠੇ ਦੇ ਵਿੱਚ ਰਹਿਣ ਦੇ ਲਈ ਇਹ ਪਰਿਵਾਰ ਮਜਬੂਰ ਆ। ਮਤਲਬ ਕੀ ਨਾਮ ਹੈ ਤੁਹਾਡਾ ਤੇ ਪਿੰਡ ਕਿਹੜਾ ਹੈ ਤੁਹਾਡਾ? ਸਕੀਰੇ। ਦੋ ਕਮਰੇ ਰਸੋਈ ਦੀ ਦੌੜ ਆ। ਹਾਂਜੀ। ਤੇ ਕੋਈ ਰਿਸ਼ਤੇਦਾਰ ਬੋੜਿਆ ਕੋਈ ਮਦਦ ਕਰਨ ਵਾਸਤੇ ਜਾਂ ਨਹੀਂ? ਅੱਛਾ ਜੀ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹਨਾਂ ਕੋਠਿਆਂ 'ਚ ਰਹਿੰਦਿਆਂ? ਸਮਾਂ ਭਾਜੀ ਵਾਹਵਾ ਚਿਰ ਹੋ ਗਿਆ, ਉਹਨਾਂ ਦੇ ਜੀਂਦਿਆਂ ਹੀ। ਅੱਛਾ ਜੀ। ਨਿੱਕੇ ਨਿੱਕੇ ਗਏ ਸੀ ਤੋਂ ਦੰਦਾ ਹੀ। ਅੱਛਾ ਜੀ। ਹੁਣ ਪਰਿਵਾਰ 'ਚ ਕਿੰਨੇ ਮੈਂਬਰ ਜੇ ਤੁਸੀਂ, ਕਿੰਨੇ ਜੀ ਜੇ ਹੁਣ? ਹੁਣ ਅਸੀਂ 6 ਕਿਹਾ ਵੀ 7 ਸੀ ਤੇ ਹੁਣ 6 ਆ। ਅੱਛਾ ਜੀ। ਤੇ ਗੁਜ਼ਾਰਾ ਕਿਵੇਂ ਹੁੰਦਾ ਘਰ ਦਾ, ਕਮਾਉਣ ਵਾਲਾ ਕੌਣ ਹੈ ਹੁਣ? ਗੁਜ਼ਾਰਾ ਇਸ ਤਰ੍ਹਾਂ ਹੀ ਮਾੜਾ ਮੋਟ ਜਿਹਾ ਹੀ ਹੁੰਦਾ ਵਾ ਕਿ। ਅੱਛਾ ਜੀ। ਨਿਆਣਿਆਂ ਦੇ ਸਿਰ ਤੇ ਹੁਣ। ਅੱਛਾ ਜੀ। ਤੁਸੀਂ ਵੀ ਕੰਮ ਕਰਦੇ ਹੋ? ਨਾ, ਮੈਂ ਨਹੀਂ ਕੰਮ ਕਰਦੀ, ਕੋਈ ਵੀ ਕੰਮ ਕਰਦੀ ਵੀ ਚੱਲ ਹੁੰਦਾ ਕੰਮ ਧੰਦਾ 100 ਹੁੰਦਾ ਬਾਹਰ ਦਾ, ਨਾ ਮੈਂ ਘਰੇ ਹੀ ਰਹਿੰਦੀ ਹਾਂ, ਇਹਨਾਂ ਦੇ ਸਿਰ ਤੇ ਹੀ ਆ। ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਭੈਣਾ ਤੁਹਾਡਾ ਕੀ ਨਾਮ ਹੈ? ਹਾਂਜੀ, ਮੇਰਾ ਮਨਦੀਪ ਕੌਰ। ਪਿਤਾ ਜੀ ਦੀ ਮੌਤ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਡੇ? ਸਾਲ ਹੋ ਚੱਲਿਆ। ਅੱਛਾ ਜੀ। ਹਾਂਜੀ। ਤਾਂ ਜਦੋਂ ਦੀ ਉਹਨਾਂ ਦੀ ਮੌਤ ਹੋਈ ਹੈ ਘਰ ਦੇ ਹਾਲਾਤ ਤੁਹਾਡੇ ਕਿਵੇਂ ਦੇ ਨੇ? ਹਾਂਜੀ, ਇੱਦਾਂ ਹੀ ਮਾੜੇ ਮੋਟੇ ਨੇ ਜੇ ਮੇਰੇ ਵੀਰ ਇੱਦਾਂ ਦਿਹਾੜੀ ਦੱਪਾ ਕਰਕੇ ਅਤੇ ਘਰ ਦਾ ਗੁਜ਼ਾਰਾ ਸਾਰਦੇ ਨੇ, ਜਦੋਂ ਡੈਡੀ ਸਾਨੂੰ ਮੰਗਣ ਦੀ ਨਹੀਂ ਲੋੜ ਅਤੇ ਹੁਣ ਸਾਨੂੰ ਮੰਗਣਾ ਪੈ ਰਿਹਾ। ਅੱਛਾ ਜੀ। ਤਾਂ ਕੋਈ ਸਰਕਾਰੀ ਸਹੂਲਤ ਮਿਲਦੀ ਹੈ ਤੁਹਾਨੂੰ, ਕੋਈ ਕਣਕ ਜਾਂ ਨਹੀਂ, ਕੋਈ ਰਿਸ਼ਤੇਦਾਰ ਬੋੜਿਆ ਅਜਿਹੇ ਹਾਲਾਤਾਂ? ਨਹੀਂ ਸਰ, ਨਹੀਂ ਕੋਈ ਨਹੀਂ ਬੋੜਿਆ। ਅੱਛਾ ਜੀ। ਵੋਟਾਂ ਲੈਣ ਆਉਂਦੇ ਹੋਣਗੇ? ਹਾਂਜੀ, ਵੋਟਾਂ ਲੈਣ ਬਥੇਰਾ ਹੁੰਦੇ ਨੇ। ਅੱਛਾ ਜੀ। ਤਾਂ ਉਦੋਂ ਵਾਅਦੇ ਵੀ ਕਰਦੇ ਹੋਣਗੇ? ਹਾਂਜੀ, ਵਾਅਦੇ ਵੀ ਅਸੀਂ ਇੰਝ ਕਰਾਂਗੇ ਉਂਝ ਕਰਾਂਗੇ, ਕੁਛ ਨਹੀਂ ਕਰਦੇ ਬਾਅਦ 'ਚ। ਅੱਛਾ ਜੀ। ਹਾਂਜੀ। ਤਾਂ
ਭੈਣੇ ਸਕੂਲ ਜਾਂਦੇ ਹੋ ਕਿ ਨਹੀਂ? ਨਹੀਂ। ਅੱਛਾ ਜੀ, ਵੈਸੇ ਪੜ੍ਹਨ ਦਾ ਮਨ 'ਚ ਸ਼ੌਂਕ ਤਾਂ ਹੋਏਗਾ? ਹਾਂਜੀ ਸ਼ੌਂਕ ਹੈ, ਪਰ ਥੋੜ੍ਹੀ ਜਿਹੀ ਸਿਖਲਾਈ ਸਿੱਖੀ ਉਹਦਾ ਮਾੜਾ ਮੋਟ ਕਰੀਦਾ, ਉਹਦੇ ਕਰਕੇ ਗੁਜ਼ਾਰਾ ਚੱਲ ਜਾਂਦਾ। ਕਹਿ ਸਕਦੇ ਹਾਂ ਕਿ ਘਰ ਦੀ ਮਜਬੂਰੀ ਜਿਹੜੀ ਹੈ ਹਾਂਜੀ ਪੜ੍ਹਾਈ 'ਚ ਵੀ ਤੁਹਾਨੂੰ ਜਿਹੜੇ ਕਿਤੇ ਨਾ ਕਿਤੇ ਪੜ੍ਹਾਈ ਵੀ ਰਹਿ ਗਈ ਮਜਬੂਰੀ ਕਾਰਨ। ਅੱਛਾ ਜੀ, ਹਾਂਜੀ। ਤੇ ਘਰ ਦਾ ਫਿਰ ਗੁਜ਼ਾਰਾ ਭੈਣਾ ਕਿਵੇਂ ਹੁੰਦਾ ਹੈ? ਗੁਜ਼ਾਰਾ ਇੱਦਾਂ ਹੀ ਵੀਰ ਲੈ ਆਉਂਦੇ ਨੇ ਦਿਹਾੜੀ ਦੱਪਾ ਕਰਕੇ। ਅੱਛਾ ਜੀ, ਤੇ ਉਹਦੇ ਨਾਲ ਹੀ ਚਾਰ ਪੈਸੇ ਹੁੰਦੇ ਖਾ ਲਈ ਦਾ। ਭੈਣਾ ਕਿਵੇਂ ਦੀ ਤੁਹਾਡੀ ਮਦਦ ਹੋ ਜਾਏ ਜਿਹੜੇ ਸਮੇਂ ਸਮੇਂ ਤੇ ਗਰੀਬਾਂ ਦੀ ਬਾਂਹ ਫੜਦੇ ਆ, ਜਿਹੜੇ ਸਮੇਂ ਸਮੇਂ ਤੇ ਕੋਠੇ ਪਾ ਕੇ ਦਿੰਦੇ ਆ, ਗਰੀਬਾਂ ਦੀ ਬਾਂਹ ਫੜਦੇ, ਕਿਵੇਂ ਦੀ ਮਦਦ ਹੋਣੀ ਚਾਹੀਦੀ ਤੁਹਾਡੀ? ਸਰ ਇਹੋ ਹੀ ਆ ਵੀ ਸਾਡੇ ਘਰ ਬਣ ਜੇ, ਬਾਥਰੂਮ ਬਣ ਜਾਣ, ਹੋਰ ਨੀ ਕੁਛ। ਭੈਣਾ ਜਦੋਂ ਮੀਂਹ ਪੈਂਦਾ ਫਿਰ ਇੱਕੋ ਕੋਠੇ 'ਚ ਤੁਹਾਨੂੰ ਰਹਿਣ ਦੇ ਲਈ ਮਜਬੂਰ ਹੋ ਜਾਂਦੇ? ਇੱਕੇ ਕੋਠੇ 'ਤੇ ਰਹਿਣਾ ਪੈਂਦਾ। ਚੌਂਦੀਆਂ ਨੇ ਛੱਤਾਂ? ਹਾਂਜੀ ਬਹੁਤ ਚੌਂਦੀਆਂ ਸਾਰੀਆਂ। ਅੱਛਾ ਜੀ, ਤਾਂ ਤੁਸੀਂ ਵੇਖ ਸਕਦੇ ਹੋ ਪਰਿਵਾਰ ਨੇ ਆਪਣਾ ਦਰਦ ਜਿਹੜਾ ਹੈ ਉਹ ਬੋਲ ਕੇ ਦੱਸਿਆ ਹੈ। ਭਿੱਖੀ ਪਿੰਡ ਦੇ ਨਜ਼ਦੀਕ ਪਿੰਡ ਚੁੰਗ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ। ਧੀ ਦੇ ਹੱਥ ਦੇ ਵਿੱਚ ਪਿਤਾ ਦੀ ਤਸਵੀਰ ਹੈ, ਮਨ ਜਿਹੜਾ ਉਹ ਭਾਵਕ ਹੈ। ਆਹ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ। ਤਾਂ ਵੀਰ ਸਾਡੇ ਨਾਲ ਮੌਜੂਦ, ਉਹਨਾਂ ਨਾਲ ਗੱਲਬਾਤ ਕਰਾਂ। ਵੀਰ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਗੁਰਸੇਵਕ ਸਿੰਘ। ਕੀ ਕੰਮ ਕਰਦੇ ਹੋ ਤੁਸੀਂ? ਕੰਮ ਇਸ ਤਰ੍ਹਾਂ ਹੀ ਦਿਹਾੜੀ ਦਾ ਭਾਈ। ਸਕੂਲ ਕਿਉਂ ਨਹੀਂ ਗਏ ਤੁਸੀਂ? ਸਕੂਲ ਇਸ ਤਰ੍ਹਾਂ ਮਜਬੂਰੀ ਕਰਕੇ ਹੀ ਆ। ਅੱਛਾ ਜੀ, ਕਿਵੇਂ ਦੇ ਹਾਲਾਤ ਨੇ ਘਰ ਦੇ, ਜ਼ਰੂਰ ਦੱਸਿਓ। ਹਾਲਾਤ ਤੁਹਾਨੂੰ ਪਤਾ ਹੀ ਆ ਭਾਜੀ, ਇਸ ਤਰ੍ਹਾਂ ਦਿਹਾੜੀ ਦਾ ਪਾ ਲਾ ਗੁਜ਼ਾਰਾ ਕਰੀਦਾ। ਅੱਛਾ ਜੀ, ਕੋਈ ਨੌਕਰੀ ਨੂਕਰੀ ਵਾਸਤੇ ਨਹੀਂ ਟਰਾਈ ਕੀਤਾ? ਕੀ ਗੱਲ ਟਰਾਈ ਭਾਈ, ਤੁਹਾਨੂੰ ਪਤਾ ਮਜਬੂਰੀ ਕਰਕੇ ਯਾ ਟਰਾਈ ਕਰਨ ਨੂੰ? ਕਿਸੇ ਨੇ ਬਾਤ ਪੁੱਛੀ ਕਿ ਸਰਕਾਰੀ ਅਧਿਕਾਰੀ ਪਿੰਡ ਦੀ ਪੰਚਾਇਤ ਕੋਈ ਆਇਆ ਤੁਹਾਡੇ ਕੋਲ? ਨਹੀਂ ਨਹੀਂ। ਅੱਛਾ ਜੀ, ਤੁਸੀਂ ਕਿਸੇ ਕੋਲ ਫਰਿਆਦ ਲੈ ਕੇ ਗਏ ਹੋ ਵੀ ਸਾਡੀ ਮਦਦ ਕਰ ਦਿਓ? ਫਰਿਆਦ ਲੈ ਕੇ ਤੇ ਗਏ ਲੇਕਿਨ ਕੋਈ ਕਰਦਾ ਨਹੀਂ। ਅੱਛਾ ਜੀ, ਹਾਂਜੀ। ਹੁਣ ਜਿੰਨੇ ਵੀ ਜਾਣੇ ਵੀਡੀਓ ਦੇਖ ਰਹੇ ਨੇ, ਐਨ ਆਰ ਆਈ ਭਰਾ ਜਿਹੜੇ ਸਮੇਂ ਸਮੇਂ ਤੇ ਗਰੀਬਾਂ ਦੀ ਬਾਂਹ ਫੜਦੇ, ਉਹਨਾਂ ਨੂੰ ਕੀ ਅਪੀਲ ਕਰਦੇ ਹੋ ਤੁਸੀਂ? ਅਪੀਲ ਇਹੋ ਹੀ ਆ ਕਿ ਬਾਥਰੂਮ ਬਣਾਏ ਆ ਤੇ ਦੋ ਕਮਰੇ ਤੇ ਰਸੋਈ ਬਸ। ਅੱਛਾ ਜੀ, ਹਾਂਜੀ। ਤਾਂ ਆਪਣਾ ਮੋਬਾਈਲ ਨੰਬਰ ਵੀ ਵੀਰ ਜੀ ਬੋਲ ਦਿਓ ਜੀ। ਮੋਬਾਈਲ ਨੰਬਰ 6659341018। ਇੱਕ ਵਾਰ ਫਿਰ ਬੋਲ ਦਿਓ ਜੀ, 6659341418 ਜੀ। ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪਰਿਵਾਰ ਨੇ ਆਪਣਾ ਫੋਨ ਨੰਬਰ ਵੀ ਸਾਂਝਾ ਕੀਤਾ ਹੈ। ਮਜਬੂਰੀ ਵੀ ਦੱਸੀ ਹੈ ਉਸ ਭੈਣ ਨੇ ਅਤੇ ਭਰਾ ਨੇ ਕਿ ਮਜਬੂਰੀ ਕਾਰਨ ਸਕੂਲ ਨਹੀਂ ਜਾ ਸਕੇ ਅਤੇ ਉਹ ਪੜ੍ਹਾਈ ਜਿਹੜੀ ਹੈ ਉਹ ਨਹੀਂ ਕਰ ਪਾਏ ਅਤੇ ਇੱਕ ਕਮਰੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ। ਜੇ ਕੋਈ ਦਾਨੀ ਸੱਜਣ ਆਵੇ ਉਹਨਾਂ ਦੀ ਬਾਂਹ ਫੜੇ ਅਤੇ ਉਹਨਾਂ ਦੀ ਜੇ ਕੋਈ ਮਦਦ ਕਰਦੇ ਤਾਂ ਉਹ ਉਹਨਾਂ ਦੇ ਧੰਨਵਾਦੀ ਹੋਣਗੇ। ਨੰਬਰ ਵੀ ਬੋਲਿਆ ਤਾਂ ਤੁਸੀਂ ਜ਼ਰੂਰ ਜਿਹੜਾ ਹੈ ਉਹ ਸੇਵਾ ਦਾ ਹੱਥ ਅੱਗੇ ਵਧਾਉਂਦੇ ਹੋਏ ਵੀਡੀਓ ਨੂੰ ਸ਼ੇਅਰ ਕਰਿਓ। ਜੇਕਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਨਹੀਂ ਕਰ ਸਕਦੇ ਤਾਂ ਦੋਸਤੋ ਹੱਥ ਬੰਨ੍ਹ ਕੇ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਜੇਕਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਦਾਨੀ ਸੱਜਣਾ ਤੱਕ ਇਸ ਵੀਡੀਓ ਨੂੰ ਪਹੁੰਚਾ ਦਿਓਗੇ ਤਾਂ ਇਹਨਾਂ ਦੀ ਕੋਈ ਮਦਦ ਹੋ ਸਕੇ। ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਨੂੰ ਪਹੁੰਚਾਉਣ ਦੇ ਵਿੱਚ ਸਹਾਇਤਾ ਜ਼ਰੂਰ ਕਰਿਓ ਅਤੇ ਬਣੇ ਰਹੋ ਸਾਡੇ ਨਾਲ। ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ, ਗ੍ਰੇਟ ਪੰਜਾਬ ਟੀਵੀ, ਤਰਨਤਾਰਨ।